ਪਰਸਨੈਲਿਟੀ ਤੇ ਮਾਸ਼ਾਅੱਲਾ ਸਹੀ ਹੈ ਸਾਰਾ ਸਹੀ ਹੈ ਜੀ ਹੋ ਤੁਸੀਂ ਮੇਰੇ ਨਾਲ ਤੁਹਾਡੀ ਐਂਟਰੀ ਹੁੰਦੀ ਹੈ ਜੀ ਜੀ ਤੇ ਅਗਰ ਤੁਹਾਨੂੰ ਮੇਰੀ ਲੱਤਾਂ ਦਬਾਣੀਆਂ ਪੈਣਗੇ ਤੇ ਦਬਾਓ ਜ਼ੋਰ ਤੇ ਲਾਓ ਨਾ ਜ਼ੋਰ ਹੁੰਦਾ ਤੇ ਫਿਰ ਮੈਂ ਤੁਹਾਡੇ ਕੋਲ ਜੀ ਆਹ ਨਾਲ ਚੋੜਿਆ ਨਹੀਂ ਚੁਰਤ ਹੋ ਗਈ ਕਿ ਮੇਰੇ ਨਾਲ ਲੈਣ ਨਾਲ ਰੱਖ ਰਹੇ ਹਨ ਜਿੰਨੇ ਮੇਰੇ ਮਤਾਸ਼ੇ ਕੋਸ਼ਿਸ਼ ਕਰ ਜੀ ਜੀ ਉਹਨਾਂ ਨੂੰ ਮੇਰੇ ਕੋਲ ਨਹੀਂ ਲੱਗਣੇ ਓਕੇ ਹੋ ਠੀਕ ਹੈ ਹਾਂ ਹਲੇ ਵੀ ਠੀਕ ਹੈ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਸ਼ੀਦਾ ਜੀ ਮੈਂ ਤੁਹਾਡਾ ਬੜਾ ਫੈਨ ਹਾਂ ਅੱਛਾ ਜੀ ਤੇ ਮੈਂ ਤੁਹਾਡੇ ਬਹੁਤ ਸਾਰੇ ਡਰਾਮੇ ਵੇਖੇ ਨੇ ਅੱਛਾ ਜੀ ਤੇ ਮੈਂ ਸੋਚਦਾ ਪਿਆ ਮੈਂ ਵੀ ਕੋਈ ਥੋੜੀ ਜਿਹੀ ਐਕਟਿੰਗ ਕਰਾਂ ਤੇ ਜੇ ਹੋ ਸਕੇ ਤੇ ਮੈਂ ਨਹੀਂ ਤੁਸੀਂ ਕੀ ਕਰ ਲੋਗੇ ਡਰਾਮੇ 'ਚ ਇਹ ਸਾਰਾ ਕੁਝ ਕਰਾਂਗੇ ਮਸਲਾ ਐਕਟਿੰਗ ਕਰਾਂਗੇ ਨੱਚਾਂਗੇ ਧੁਨਕਾਂਗੇ ਨਹੀਂ ਹੁਣ ਤੁਸੀਂ ਮੇਰੇ ਨਾਲ ਤੁਹਾਡੀ ਐਂਟਰੀ ਹੁੰਦੀ ਜੀ ਜੀ ਤੇ ਅਗਰ ਤੁਹਾਨੂੰ ਮੇਰੀ ਲੱਤਾਂ ਦਬਾਣੀਆਂ ਪੈਣਗੇ ਤੇ ਦਬਾਓ ਹਾਂ ਬਿਲਕੁਲ ਕੰਮ ਕਰਨ ਵਾਸਤੇ ਤੇ ਸਾਰਾ ਕੁਝ ਕਰਨਾ ਤੇ ਚਲੋ ਠੀਕ ਹੈ ਤੁਸੀਂ ਸਮਝ ਲਓਗੇ ਤੁਹਾਡੀ ਐਕਟਿੰਗ ਹੋ ਰਹੀ ਹੈ ਤੇ ਮੈਂ ਲੱਤਾਂ ਦਬਾ ਕੇ ਅੱਛਾ ਜੀ ਕਿੱਥੋਂ ਦਬਾਣੀਆਂ ਨੇ ਹੈਲੋ ਉੱਤੋਂ ਨਹੀਂ ਨਾ ਅੱਛਾ ਥੱਲੇ ਦਬਾਣੀਆਂ ਹਾਂਜੀ ਇਹ ਇਹ ਦੇਖੋ ਸਹੀ ਹੈ ਐਸ ਲੈ ਜ਼ੋਰ ਤੇ ਲਾਓ ਨਾ ਜ਼ੋਰ ਹੁੰਦਾ ਤੇ ਫਿਰ ਮੈਂ ਤੁਹਾਡੇ ਕੋਲ ਹੀ ਆਣਾ ਸੀ ਚਲੋ ਕੋਈ ਗੱਲ ਨਹੀਂ ਜ਼ੋਰ ਲਾ ਅੱਛਾ ਕਿੰਨਾ ਕੁ ਜ਼ੋਰ ਲਾਣਾ ਰਾਤ ਦੀ ਲੱਤਾਂ ਟੁੱਟੀਆਂ ਪਈਆਂ ਨੇ ਕਾਹਦੇ ਨਾਲ ਕੰਮ ਕਰ ਕਰ ਜੀ ਅੱਛਾ ਕੰਮ ਕਰ ਕਰਕੇ ਹਾਂਜੀ ਅੱਛਾ ਅੱਛਾ ਐ ਨਹੀਂ ਠੀਕ ਹੈ ਨਹੀਂ ਜ਼ਰ ਜ਼ੋਰ ਤੇ ਲਾਉਣ ਲੱਗੋ ਹੁਣ ਤੁਸੀਂ ਆਪਣੀ ਬਜ਼ੁਰਗੀ ਨਾ ਵਿਖਾਓ ਯੰਗ ਪਨ ਦਿਖਾਓ ਅੱਛਾ ਯੰਗ ਪਨ ਦਾਈ ਹੈ ਹੁਣ ਠੀਕ ਹੈ ਹਾਂ ਹਲੇ ਵੀ ਠੀਕ ਹੈ ਠੀਕ ਹੈ ਜੀ ਠੀਕ ਹੈ ਥੱਲੇ ਥੱਲੇ ਰਹਿਣਾ ਨਾ ਨਹੀਂ ਉੱਤੇ ਆ ਕੇ ਤੁਸੀਂ ਕੀ ਕਰਨਾ ਐਡੇ ਤੁਸੀਂ ਰਹਿਣ ਜੇ ਤੁਹਾਡਾ ਮੂੰਹ ਕਿੱਡਾ ਸੋਹਣਾ ਹੈ ਦੱਸ ਅੱਲਾ ਨੇ ਜਿਹਾ ਇਹ ਬਣਾਇਆ ਸੋਹਣਾ ਬਣਾਇਆ ਹਾਂਜੀ ਮੇਰੇ ਮਾਪਿਆਂ ਨੂੰ ਪੁੱਛ ਕੇ ਦੇ ਹਾਂ ਕਿੱਡਾ ਸੋਹਣਾ ਇਹ ਉਹ ਤੇ ਤੁਹਾਡੀ ਗੱਲ ਠੀਕ ਹੈ ਲੇਕਿਨ ਮੈਨੂੰ ਇੱਕ ਗੱਲ ਦੱਸੋ ਜੀ ਕਿ ਮਤਲਬ ਅਗਰ ਤੁਹਾਨੂੰ ਮੇਰਾ ਬੈਗ ਚੁੱਕਣਾ ਪੈ ਜਾਵੇ ਫਿਰ ਤੇ ਨੋ ਟੈਨਸ਼ਨ ਅੱਛਾ ਹਾਂ ਕੋਈ ਕੰਮ ਚੋ ਕਰਨਾ ਹੈ ਤੁਸੀਂ ਮੇਰੇ ਨਾਲ ਹੀ ਰਹੋ ਫਿਰ ਜਿੱਥੇ ਮੈਂ ਡਰਾਮਾ ਕਰਾਂਗੀ ਤੁਸੀਂ ਮੇਰੇ ਨਾਲ ਨਾਲ ਤੇ ਚਲੋ ਠੀਕ ਹੈ ਤੁਸੀਂ ਕਿੱਥੇ ਲਾਦੇ ਐਸੇ ਕਰ ਰਹੇ ਹੋ ਨਾ ਡਰਾਮਾ ਨਹੀਂ ਹਾਲੇ ਤੇ ਮੈਂ ਲਾਸਟ ਚੈਪਟਰ ਚ ਹੀ ਕਰ ਰਹੀ ਹਾਂ ਹਾਂਜੀ ਹਾਂਜੀ ਹਾਂ ਤੇ ਚਲੋ ਮੈਂ ਵੀ ਨਾਲ ਚੈਪਟਰ ਚ ਕਰਨਾ ਤੇ ਲੇਕਿਨ ਮੈਂ ਤੁਹਾਨੂੰ ਇੱਕ ਵਿਗ ਬਣਵਾ ਕੇ ਦੇਣੀ ਅੱਛਾ ਤੁਸੀਂ ਲਗਾਣਾ ਅੱਛਾ ਜੀ ਠੀਕ ਹੈ ਪਰਸਨੈਲਿਟੀ ਤੇ ਮਾਸ਼ਾਅੱਲਾ ਸਹੀ ਹੈ ਸਾਰਾ ਸਿਸਟਮ ਠੀਕ ਹੈ ਚੱਲਦੇ ਫਿਰਦੇ ਮੇਰੇ ਨਾਲ ਚੰਗੇ ਲੱਗੋਗੇ ਚਲੋ ਠੀਕ ਹੈ ਲੇਕਿਨ ਇੱਕ ਗੱਲ ਹੈ ਜੀ ਤੇ ਜੇ ਤੁਸੀਂ ਮੇਰੇ ਨਾਲ ਰਹਿਣਾ ਨਾ ਤੇ ਜਿੰਨੇ ਮੇਰੇ ਮਤਲਬ ਆਸ਼ਿਕ ਕੋਸ਼ਿਸ਼ ਹੋ ਜੀ ਜੀ ਉਹਨਾਂ ਨੂੰ ਮੇਰੇ ਕੋਲ ਨਹੀਂ ਲੱਗਣੇ ਓਕੇ ਹੋ ਗਿਆ ਠੀਕ ਹੈ ਬਾਰੋ ਬਾਰ ਮੈਂ ਲੱਗ ਸਕਣਾ ਤੁਸੀਂ ਦੇਖੋ ਮੁਲਾਜ਼ਮ ਬਣ ਕੇ ਰਹਿਣਾ ਹੁਣ ਹਾਂ ਮੁਲਾਜ਼ਮ ਬਣ ਕੇ ਹੀ ਮੁਲਾਜ਼ਮ ਬਣ ਕੇ ਤੇ ਬੰਦਾ ਨਾਲ ਲੱਗ ਸਕਦਾ ਹੈ ਨਾ ਨਹੀਂ ਨਹੀਂ ਮੁਲਾਜ਼ਮਾਂ ਦੀ ਏਡੀ ਜੁਰਤ ਤੇ ਨਾਲ ਨਾਲ ਚੋ ਰਹਿਣਾ ਨਹੀਂ ਜੁਰਤ ਹੋ ਗਈ ਕਿ ਮੇਰੇ ਨਾਲ ਲੈਣ ਨਾਲ ਰੱਖ ਰਹਿਣਾ ਨਹੀਂ ਨਹੀਂ ਨਾਲ ਨਾਲ ਰਹਿਣਾ ਨਾ ਨਹੀਂ ਕੀ ਨਾਲ ਨਾਲ ਰਹਿਣਾ ਤੇ ਮੇਰਾ ਮਤਲਬ ਡਰਾਮੇ ਦੀ ਜਿਹੜੀ ਗੱਦੀ ਗੱਲ ਕਰਨ ਦੀ ਕੀ ਵਜ੍ਹਾ ਬਣੀ ਨਹੀਂ ਨਹੀਂ ਜਿਸਲੇ ਡਰਾਮੇ 'ਚ ਕੰਮ ਕਰਨਾ ਹੈ ਉਸ ਵੇਲੇ ਦੀ ਉਮਰ ਹੋਏ ਤੇ ਸ਼ੌਕ ਵੇਖਦੇ ਕੀ ਮੇਰੇ ਨਾਲ ਨਾਲ ਰਹਿਣਾ ਫੈਨਾਂ ਨੂੰ ਨਾਲ ਨਹੀਂ ਲੱਗਣ ਦੇਣਾ ਤੇ ਮੇਰੇ ਨਾਲ ਦੂਰ ਰਹਿਣਾ ਨਹੀਂ ਆਪੇ ਤੇ ਤੁਸੀਂ ਕਿਹਾ ਨਾ ਫੈਨਾਂ ਨਾਲ ਨਹੀਂ ਲੱਗਣਾ ਨਹੀਂ ਇਹ ਤਾਂ ਉਹਨੇ ਭੇਜਿਆ ਕਿ ਨੇ ਵੀ ਅੰਦਰ ਕਮਰੇ 'ਚ ਇਹ ਬਹੁਤ ਸੋਹਣਾ ਐਕਟਰ ਹੋਏਗਾ ਏਡਾ ਗੰਦਾ ਐਕਟਰ ਮੈਂ ਤਾਂ ਨਹੀਂ ਕਦੀ ਜ਼ਿੰਦਗੀ 'ਚ ਵੇਖਿਆ ਹੈ ਹੈ ਖਬਰਦਾਰ ਇਹਨਾਂ ਨੂੰ ਗੰਦਾ ਨਹੀਂ ਡਾਕਟਰ ਸਾਹਿਬ ਇਹ ਕੀ ਮਤਲਬ ਜੀ ਮੈਂ ਨਾਲ ਲੱਗ ਸਕਦਾ ਇਹ ਕੀ ਮਤਲਬ ਹੋਇਆ ਨਹੀਂ ਸ਼ੀਦਾ ਜੀ ਤੁਹਾਡਾ ਦਿਲ ਨਹੀਂ ਮੰਨਦਾ ਤੁਸੀਂ ਨਾ ਕਰਦੇ ਹੋ ਇਹਦੇ ਜੀ ਗੁੱਸੇ ਵਾਲੀ ਕਿਹੜੀ ਗੱਲ ਹੈ चलो जी।